78ਵਾਂ ਆਜ਼ਾਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਪੂਰੇ ਭਾਰਤ ਵਰਸ਼ 'ਚ, ਤੁਸੀਂ ਸਪੈਸ਼ਲੀ ਅੱਜ ਪਹੁੰਚੇ ਹੋ, ਕੀ ਕਹਿਣਾ ਚਾਹੁੰਦੇ? ਮੈਂ ਬਹੁਤ ਖੁਸ਼ ਹਾਂ ਅਤੇ ਨਾਲ ਬਹੁਤ ਹੀ ਪ੍ਰਾਊਡ ਫੀਲ ਕਰਦਾ ਕਿ ਅੱਜ ਸਾਡਾ 78ਵਾਂ ਆਜ਼ਾਦੀ ਦਾ ਦਿਵਸ ਹੈ ਅਤੇ ਇਹ ਮੌਕਾ ਹੈ, ਆਹ ਦਿਨ ਹੈ ਕਿ ਅਸੀਂ ਆਪਣੇ ਸਾਰੇ ਬਜ਼ੁਰਗਾਂ ਨੂੰ ਅਤੇ ਜਿਹੜੇ ਸਾਡੇ ਜਿੰਨੇ ਸੁਤੰਤਰਤਾ ਸੈਨਾਨੀ ਸੀਗੇ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਦੀ ਬਦੌਲਤ ਹੈ ਕਿ ਅਸੀਂ ਅੱਜ ਸੁੱਖ ਦਾ ਸਾਹ, ਆਜ਼ਾਦੀ ਦਾ ਸਾਹ ਇੱਥੇ ਲੈ ਪਾ ਰਹੇ ਹਾਂ ਅਤੇ ਡਿਵੈਲਪਮੈਂਟ ਇੰਡੀਆ ਦੀ ਤਾਂ ਹੋ ਸਕੀ ਕਿਉਂਕਿ ਅਸੀਂ ਬ੍ਰਿਟਿਸ਼ ਰੂਲ ਤੋਂ ਆਜ਼ਾਦ ਹੋ ਪਏ। ਪਹਿਲਾਂ ਸਰ ਮੰਮੀ ਡੈਡੀ ਇਸ ਮੌਕੇ 'ਤੇ ਪਹੁੰਚਦੇ ਸੀ, ਅੱਜ ਉਹਨਾਂ ਦੀ ਗੈਰ ਹਾਜ਼ਰੀ ਕੀ ਕਹਿਣਾ ਚਾਹੁੰਦੇ, ਉਹ ਕਿੱਥੇ ਨਾ ਅੱਜ? ਉਹ ਕਿਸੇ ਆਪਣੇ ਪਰਸਨਲ ਕੰਮ ਕਰਕੇ ਨਾ ਅਮਰੀਕਾ ਗਏ ਹੋਏ ਹਨ, ਮੇਰੇ ਵੱਡੇ ਬ੍ਰਦਰ ਉੱਥੇ ਰਹਿੰਦੇ ਹੈ ਅਤੇ ਪਰ ਬਹੁਤ ਹੀ ਜ਼ਿਆਦਾ ਰੂਬਰੂ ਆਲਰੇਡੀ ਲੋਕਾਂ ਨਾਲ ਹੁੰਦੇ ਹੈ ਸਵੇਰੇ ਸ਼ਾਮ, ਪਰ ਸਿਰਫ ਇਹ ਹੈ ਕਿ ਉਹਨਾਂ ਦਾ ਹੁਕਮ ਹੋਇਆ ਅਤੇ ਮੇਰਾ ਫਰਜ਼ ਵੀ ਬਣਦਾ ਸੀਗਾ। ਦੀਨਾਨਗਰੀਆ ਸਾਨੂੰ ਇੰਨੇ ਪਿਆਰ ਕਰਦੇ ਹੈ, ਸਾਡਾ ਵੀ ਉਨਾ ਹੀ ਪਿਆਰ ਬਣਦਾ, ਇਸ ਕਰਕੇ ਮੈਂ ਸਪੈਸ਼ਲੀ ਫਲਾਈ ਕਰਕੇ ਸਿਰਫ 15 ਅਗਸਤ ਦੇ ਲਈ ਇੱਥੇ ਆਪਣੇ ਲੋਕਾਂ ਪਿਆਰ ਮੁਹੱਬਤ ਕਰਕੇ ਸਦਕਾ ਇੱਥੇ ਪਹੁੰਚਿਆ। 78ਵਾਂ ਆਜ਼ਾਦੀ ਜਿਹੜਾ ਮਨਾਇਆ ਸਰ, ਦੇਸ਼ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਦੇਸ਼ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਖਾਸ ਤੌਰ 'ਤੇ ਆਪਣੇ ਪੰਜਾਬੀ ਸੂਬੇ ਦੇ ਲੋਕਾਂ ਨੂੰ ਕਿ ਬਹੁਤ ਜ਼ਿਆਦਾ ਐਫਰਟ ਲੱਗਿਆ ਹੈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਤੇ ਹੁਣ ਸਾਨੂੰ ਡਿਵੈਲਪਮੈਂਟ ਵਾਲੇ ਪੱਖੀ ਤੁਰਨਾ ਚਾਹੀਦਾ ਹੈ ਅਤੇ ਇਸ ਲਈ ਸਾਰੇ ਹਰ ਮਜ਼ਹਬ ਦੇ, ਹਰ ਤਰ੍ਹਾਂ ਦੇ ਲੋਕ, ਹਰ ਸੂਬੇ ਦੇ ਲੋਕ ਇਕੱਠੇ ਰਹਿਣ ਅਤੇ ਅੱਗੇ ਦੇਸ਼ ਦੀ ਪ੍ਰਗਤੀ ਲਈ, ਸੂਬੇ ਦੇ ਪ੍ਰਗਤੀ ਲਈ ਇਕੱਠੇ ਰਹਿਣ ਅਤੇ ਅੱਗੇ ਵਧਣ ਫੁੱਲਣ।